ਓਹੋ ਪਵਨ ਆ ਕੀ ਕਰਨ ਲੱਗ ਗਏ, ਨਾ ਤੁਸੀਂ ਗੰਢੇ ਛਿੱਲੇ ਨਾ ਤੁਸੀਂ ਕੱਟੇ, ਆ ਕੀ ਕਰਨ ਲੱਗ ਗਏ, ਸਿੱਧੇ ਹੀ ਕੁੱਟਣ ਲੱਗ ਗਏ। ਹਾਂਜੀ, ਆਪਾਂ ਨੂੰ ਤਾਂ ਹੋ ਗਿਆ ਇਹਦਾ ਬਹੁਤ ਫਾਇਦਾ, ਤੇ ਬਹੁਤ ਆਈ ਹੈ ਕੰਮ ਦੀ ਚੀਜ਼। ਮੈਂ ਕਿਹਾ ਅੱਜ ਦੋਸਤਾਂ ਨੂੰ ਵੀ ਦੱਸ ਦਈਏ। ਓਹੋ ਪਵਨ ਆ ਕੀ ਚੀਜ਼ ਬਣਾਉਣ ਲੱਗੇ ਹੋ? ਹਾਂਜੀ, ਅੱਜ ਬਹੁਤ ਹੀ ਸਪੈਸ਼ਲ ਚੀਜ਼ ਬਣਾਉਂਦੇ ਹਾਂ ਦੋਸਤੋ। ਵੀਡੀਓ ਤੁਸੀਂ ਸਾਰੀ ਦੇਖਿਓ ਤੇ ਤੁਹਾਡੇ ਬਹੁਤ ਹੀ ਫਾਇਦੇ ਹੋਣ ਵਾਲੇ ਆ, ਤੇ ਮਿਸ ਤੁਸੀਂ ਜਮਾ ਨਹੀਂ ਕਰਨੀ। ਹਾਂਜੀ ਦੋਸਤੋ, ਅੱਜ ਆਪਾਂ ਤੁਹਾਨੂੰ ਦੇਸੀ ਤਰੀਕੇ ਦੇ ਨਾਲ ਇੱਕ ਦੇਸੀ ਜੀ ਚੀਜ਼ ਦੱਸਦੇ ਹਾਂ ਜਿਹਦੇ ਨਾਲ ਤੁਹਾਡੇ ਬਹੁਤ ਹੀ ਹੋਣੇ ਆ ਫਾਇਦੇ। ਹਾਂਜੀ, ਉਹਦੇ ਲਈ ਕੀ ਕਰਨਾ, ਤੁਸੀਂ ਇੱਕ ਲੈ ਲੈਣੀ ਆ ਕੜਾਹੀ, ਤੇ ਕੜਾਹੀ ਦੇ ਵਿੱਚ ਇੱਕ ਲੈ ਲੈਣਾ ਤੁਸੀਂ ਪਿਆਜ਼, ਠੀਕ, ਬਿਨਾਂ ਛਿੱਲੇ ਹੋਏ, ਠੀਕ ਹੈ ਜੀ। ਹੁਣ ਆਪਾਂ ਇਸ ਪਿਆਜ਼ ਦੇ ਵਿੱਚ ਪਾਵਾਂਗੇ ਜੀ ਇੱਕ ਗਲਾਸ ਸਰੋਂ ਦਾ ਤੇਲ, ਜਿਹੜਾ ਕਿ ਬਿਲਕੁਲ ਔਰਗੈਨਿਕ ਤੇਲ ਆ, ਯਾਨੀ ਕਿ ਔਰਗੈਨਿਕ ਸਰੋਂ ਸੀ ਤੇ ਆਪਾਂ ਘਰੇ ਕਢਾਇਆ ਸੀ ਇਹ ਤੇਲ। ਅੱਛਾ, ਹਾਂਜੀ, ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਦੋਸਤੋ, ਤੇ ਤੁਹਾਡੇ ਫਾਇਦੇ ਵੀ ਬਹੁਤ ਹੋਣਗੇ ਤੇ ਨਾਲੇ ਤੁਹਾਡਾ ਸਸਤੇ ਦੇ ਵਿੱਚ ਹੀ ਸਰ ਜਾਊਗਾ। ਹੁਣ ਕੀ ਬਣ ਰਿਹਾ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਹਾਂਜੀ, ਬਸ ਸਮਝ ਆ ਜੂਗੀ, ਬਸ ਆਪਾਂ ਥੋੜੀਆਂ ਜਿਹੀਆਂ ਚੀਜ਼ਾਂ ਹੋਰ ਪਾ ਲਈਏ ਤੇ ਫਿਰ ਆਪਾਂ ਦੋਸਤਾਂ ਨੂੰ ਦੱਸਦੇ ਹਾਂ। ਤੇ ਹੁਣ ਆਪਾਂ ਤੇਲ ਨੂੰ ਜਿਹੜਾ ਕਿ ਇਸ ਕੜਾਹੀ ਦੇ ਵਿੱਚ ਪਾਇਆ ਹੋਇਆ ਤੇ ਇਹਨੂੰ ਆਪਾਂ ਹੌਲੀ ਹੌਲੀ ਪਕਾਈ ਜਾਵਾਂਗੇ। ਅੱਗ ਹੈ ਜਿਹੜੀ ਜੀ ਆਪਾਂ ਰੱਖਣੀ ਹੈ ਬਿਲਕੁਲ ਸਲੋ, ਬਿਲਕੁਲ ਵੀ ਤੇਜ਼ ਅੱਗ ਨਹੀਂ ਹੋਣ ਦੇਣੀ ਗੀ, ਠੀਕ ਹੈ ਜੀ। ਤੇ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਲਿਆ ਜੀ ਕੜੀ ਪੱਤਾ। ਹਾਂਜੀ, ਹੁਣ ਆਪਾਂ ਲਿਆ ਜੀ ਕੜੀ ਪੱਤਾ, ਤੇ ਕੜੀ ਪੱਤੇ ਦੇ ਆਪਾਂ ਜਿਹੜੇ ਕਿ ਇਹਦੇ ਚ ਪੱਤੇ ਵਾਵਾ ਸਾਰੇ ਪਾ ਦਿੰਨੇ ਆ, 25-30 ਪੱਤੇ, ਠੀਕ। ਹਾਂਜੀ, ਕਿਉਂਕਿ ਆਪਣੇ ਘਰੇ ਬੂਟਾ ਲੱਗਿਆ ਹੋਇਆ ਤੇ ਪੂਰੇ ਖੁੱਲੇ ਦਿਲ ਦੇ ਨਾਲ ਆਪਾਂ ਹੈ ਜਿਹੜੇ ਕਿ ਕੜੀ ਪੱਤਾ ਵੀ ਪਾਤੇ ਆ। ਅੱਛਾ, ਇਹਦਾ ਕਿੰਨਾ ਕੁ ਫਾਇਦਾ ਹੋਊਗਾ ਪਵਨ? ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਜੀ, ਠੀਕ ਹੈ। ਪਵਨ ਇਹ ਕੀ ਚੀਜ਼ ਬਣ ਰਹੀ ਹੈ, ਦੱਸ ਵੀ ਦਿਓ ਤੁਸੀਂ। ਹਾਂਜੀ, ਇਹ ਆਪਾਂ ਬਣਾ ਰਹੇ ਹਾਂ ਜੀ ਹੇਅਰ ਆਇਲ। ਅੱਛਾ, ਵਾਲਾਂ ਤੇ ਲਾਉਣ ਵਾਲਾ ਤੇਲ। ਹਾਂਜੀ, ਤੇ ਜਿਨ੍ਹਾਂ ਦੇ ਵਾਲ ਜਿਹੜੇ ਕਿ ਝੜਦੇ ਆ ਜਾਂ ਜਿਨ੍ਹਾਂ ਦੇ ਜਿਹੜੇ ਕਿ ਡੈਂਡਰਫ ਵਗੈਰਾ ਹਨਾ, ਤੇ ਜਾਂ ਜਿਨ੍ਹਾਂ ਦੀ ਲੰਬਾਈ ਨਹੀਂ ਹੁੰਦੀ ਵਾਲਾਂ ਦੀ, ਉਹਨਾਂ ਵਾਸਤੇ ਆਪਾਂ ਬਹੁਤ ਹੀ ਵਧੀਆ ਇਹ ਜਿਹੜਾ ਕਿ ਤੇਲ ਬਣਾ ਰਹੇ ਹਾਂ। ਹਜੇ ਆਪਾਂ ਇਹਦੇ ਵਿੱਚ ਪਿਆਜ਼ ਤੇ ਕੜੀ ਪੱਤਾ ਹੀ ਪਾਇਆ, ਤੇ ਪਰ ਬਹੁਤ ਸਾਰੇ ਦੋਸਤਾਂ ਦੇ ਇਹ ਮੈਸੇਜ ਆਉਂਦੇ ਹੁੰਦੇ ਆ ਵੀ ਤੁਸੀਂ ਜਿਹੜਾ ਕਿ ਇਹ ਵੀ ਕਈਆਂ ਤੋਂ ਇਹ ਆਇਲ ਬਣਦਾ ਨਹੀਂ, ਮਤਲਬ ਕਿ ਹਨਾ ਕਈ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਆਪਣੀ ਲਾਈਫ ਦੇ ਵਿੱਚ, ਟਾਈਮ ਨਹੀਂ ਹੁੰਦਾ। ਹਾਂਜੀ, ਟਾਈਮ ਨਹੀਂ ਹੁੰਦਾ। ਇਹਦੇ ਵਿੱਚ ਆਪਾਂ ਕਿੰਨੀਆਂ ਕੁ ਚੀਜ਼ਾਂ ਪਾਵਾਂਗੇ, 2-4 ਚੀਜ਼ਾਂ ਹੋਰ ਪਾਵਾਂਗੇ ਹਨਾ, ਟੋਟਲ ਜਿਹੜੀਆਂ 5-7 ਚੀਜ਼ਾਂ ਹੋ ਜਾਣਗੀਆਂ। ਪਰ ਦੋਸਤੋ ਇੱਕ ਆਇਲ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਇਹ ਹੈਗਾ ਜੀ ਵਡੇਰਾ ਹੇਅਰ ਆਇਲ, ਜਿਹੜਾ ਕਿ ਜੈਂਟਸ ਤੇ ਵੋਮੈਨ ਬੱਚੇ ਸਾਰੇ ਯੂਜ਼ ਕਰ ਸਕਦੇ ਆ ਇਹਨੂੰ, ਕਿਸੇ ਵੀ ਉਮਰ ਦੇ। ਤੇ ਇਹ ਜਿਹੜਾ ਕਿ 100% ਪਿਓਰ ਹੈ, ਤੇ ਇਹਦੇ ਵਿੱਚ 20+ ਆਇਲ ਯੂਜ਼ ਕੀਤੇ ਗਏ ਹੈ, ਤੇ 20 ਤੋਂ ਜ਼ਿਆਦਾ ਹੀ ਜਿਹੜੀਆਂ ਜੜੀ ਬੂਟੀਆਂ ਯੂਜ਼ ਕੀਤੀਆਂ ਗਈਆਂ, ਠੀਕ ਹੈ ਜੀ। ਤੇ ਤੁਸੀਂ ਇਹ ਵਾਲਾ ਆਇਲ ਵੀ ਆਰਡਰ ਕਰਕੇ, ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਤੋਂ ਜ਼ਿਆਦਾ ਮਿਹਨਤ ਨਹੀਂ ਹੁੰਦੀ ਹਨਾ, ਤੇ ਡਿਸਪਲੇ ਤੇ ਸ਼ੋ ਹੋ ਰਿਹਾ, ਜੇ ਕਿਸੇ ਨੇ ਇਹ ਤੇਲ ਮੰਗਾਉਣਾ ਤਾਂ ਤੁਸੀਂ ਮੰਗਾ ਸਕਦੇ ਹੋ। ਹਾਂਜੀ, ਤੇ ਹੁਣ ਆਪਾਂ ਬਣਾਉਂਦੇ ਹਾਂ ਜੀ ਆਪਣਾ ਤੇਲ ਜਿਹੜਾ ਆਪਾਂ ਬਣਾ ਰਹੇ ਸੀਗੇ, ਠੀਕ। ਹਾਂਜੀ, ਤੇ ਗੈਸ ਬਿਲਕੁਲ ਆਪਾਂ ਘੱਟ ਕੀਤੀ ਹੈ, ਯਾਨੀ ਕਿ ਹੁਣ ਇਹ ਐਲੋਵੇਰਾ ਵਾਲਾ ਤੇ ਪਿਆਜ਼ ਵਾਲਾ ਓਨੀਅਨ ਵਾਲਾ ਤੇਲ ਬਣ ਰਿਹਾ ਹੈ। ਹਾਂਜੀ, ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੀਸ ਪਾਤਾ ਜੀ ਐਲੋਵੇਰਾ ਦਾ, ਠੀਕ। ਥੋੜਾ ਜਿਹਾ ਤੁਸੀਂ ਧਿਆਨ ਨਾਲ ਪਾਇਓ, ਠੀਕ, ਕਿਉਂਕਿ ਐਲੋਵੇਰਾ ਦੇ ਵਿੱਚ ਹੁੰਦਾ ਜੀ ਥੋੜਾ ਪਾਣੀ, ਠੀਕ ਠੀਕ। ਹਾਂਜੀ, ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ 1 ਚਮਚ ਕਲੌਂਜੀ ਦਾ, ਠੀਕ ਠੀਕ ਹੈ ਜੀ। ਦੋਸਤੋ ਵੀਡੀਓ ਪੂਰੀ ਦੇਖਿਓ ਵੀ ਤੇਲ ਬਣਦਾ ਕਿਵੇਂ ਘਰੇ। ਹਾਂਜੀ, ਤੇ 1 ਚਮਚੀ ਆਪਾਂ ਇਹਦੇ ਵਿੱਚ ਪਾਇਆ ਜੀ ਮੇਥੀ ਦਾਣਾ, ਠੀਕ। ਹਾਂਜੀ, ਤੇ ਹੁਣ ਆਪਾਂ ਇਹਨੂੰ ਵੀ ਪਕਾਵਾਂਗੇ ਥੋੜਾ ਟਾਈਮ, ਠੀਕ ਠੀਕ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 4-5 ਗੁੜਹਲ ਦੇ ਫੁੱਲ, ਜਿਹੜੇ ਆਪਾਂ ਸੁਕਾ ਕੇ ਰੱਖੇ ਸੀਗੇ, ਹੁਣ ਗਰਮੀਆਂ ਦੇ ਵਿੱਚ ਫੇਰ ਖਿੜ ਜਾਂਦੇ ਹੁੰਦੇ ਆ ਇਹ। ਇਹ ਹੈ ਜੀ ਗੁੜਹਲ ਦੇ ਹਿਬਿਕਸ ਫਲਾਰ, ਇਹ ਵੀ ਆਪਾਂ ਵਿੱਚ ਜਿਹੜਾ ਕਿ ਥੋੜਾ ਟਾਈਮ ਲਈ ਪਕਾਵਾਂਗੇ, ਤੇ ਹੁਣ ਜਿਵੇਂ ਹੀ ਫੁੱਲਾਂ ਦਾ ਰੰਗ ਜਿਹੜਾ ਬਦਲਦਾ ਤੇ ਉਦੋਂ ਆਪਾਂ ਜਿਹੜਾ ਇਹਨੂੰ ਲਾ ਲਾਂਗੇ।
ਠੀਕ ਹਾਂਜੀ ਦੋਸਤੋ, ਇਹਦੇ ਚ ਹਾਲੇ ਹੋਰ ਵੀ ਬਹੁਤ ਕੁਛ ਪੈਣਾ, ਵੀਡੀਓ ਨਾਲ ਬਣੇ ਰਹੋ। ਹਾਂਜੀ ਹੁਣ ਆਪਣਾ ਜਿਹੜਾ ਕਿ ਹੇਅਰ ਆਇਲ ਇਹ ਬਣ ਕੇ ਹੋ ਗਿਆ ਜੀ ਤਿਆਰ ਦੋਸਤੋ, ਤੇ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ। ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਛਾਣ ਲੈਂਦੇ ਹਾਂ, ਠੀਕ ਹੈ ਜੀ। ਠੀਕ ਤੇ ਤੁਸੀਂ ਅੱਗ ਜਿਹੜੀ ਕਿ ਇਸੇ ਤਰ੍ਹਾਂ ਹੀ ਸਿਮ ਜੀ ਰੱਖਣੀ ਹੈ, ਠੀਕ ਹੈ ਜੀ। ਠੀਕ ਠੀਕ ਹਾਂਜੀ ਹਾਂਜੀ। ਤੇ ਹੁਣ ਆਪਾਂ ਇਹ ਜਿਹੜਾ ਤੇਲ ਲੈਂਦੇ ਹਾਂ ਜੀ ਛਾਣ, ਆ ਦੇਖੋ ਕਲਰ ਵੀ ਕਿੰਨਾ ਚੇਂਜ ਹੋ ਗਿਆ ਤੇ ਕਿੰਨਾ ਵਧੀਆ ਆਇਲ ਆ ਜਿਹੜਾ ਦੋਸਤੋ। ਤੇ ਦੋਸਤੋ ਜੇ ਤੁਸੀਂ ਇਹ ਬਣਾ ਸਕਦੇ ਹੋ ਤਾਂ ਘਰੇ ਬਣਾ ਸਕਦੇ ਹੋ। ਹਾਂਜੀ ਤੇ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਪਿਓਰ ਲੈਣਾ ਚਾਹੁੰਦੇ ਹੋ, ਇਸ ਤੋਂ ਵੀ ਜ਼ਿਆਦਾ ਫਾਇਦੇਮੰਦ ਵਾਲਾ ਲੈਣਾ ਚਾਹੁੰਦੇ ਹੋ, ਤੇ ਸਾਡੇ ਭਰਾ ਨੇ ਘਰੇ ਤੇਲ ਤਿਆਰ ਕੀਤਾ ਹੈ, ਬਹੁਤ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਆਰਗੈਨਿਕ ਤੇਲ 100% ਹਰਬਲ। ਤੁਸੀਂ ਦਿੱਤੇ ਗਏ ਨੰਬਰ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਉੱਤੇ ਕਾਲ ਕਰਕੇ ਤੁਸੀਂ ਮੰਗਵਾ ਸਕਦੇ ਹੋ। ਹਾਂਜੀ